ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਕੋਰੋਨਾ ਵਾਇਰਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ SGPC ਦੇ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਵੀ ਪਹੁੰਚੇ। ਇਸ ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਸਮੂਹ ਕਮੇਟੀਆਂ ਦੇ ਮੈਨੇਜਰ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਢਿੱਲੋਂ ਵੀ ਸ਼ਾਮਲ ਹੋਏ। ਰਜਿੰਦਰ ਸਿੰਘ ਮਹਿਤਾ ਨੇ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੋਰੋਨਾ ਵਾਇਰਸ ਲਈ ਸਾਰੇ ਠੋਸ ਪ੍ਰਬੰਧ ਕੀਤੇ ਗਏ ਹਨ। ਵੇਖੋ, ਇਹ ਤਵੱਕੋ ਭਾਵੇਂ ਕਿਸੇ ਦੇ ਮਨ 'ਚ ਇਸ ਤਰ੍ਹਾਂ ਦਾ ਕੋਈ ਆਈਡੀਆ ਹੋਵੇ, ਪਰ ਕਿਉਂਕਿ ਪ੍ਰਕਾਸ਼ਨ ਦੇ ਬੰਦ ਕਰਨਾ ਹੀ ਮੋਰ ਦੈਨ ਸਫੀਸ਼ੀਐਂਟ ਨਹੀਂ ਹੈ, ਉਹਦੇ ਪ੍ਰਕਾਸ਼ਨ ਲੈਣੇ, ਸੰਗਤ ਨੂੰ ਅਵੇਅਰ ਕਰਨਾ, ਕਿਉਂਕਿ ਸੰਗਤ ਦੀ ਆਸਥਾ ਜੁੜੀ ਹੈ। ਅਸੀਂ ਜਿਹੜਾ ਇਸ ਤੌਰ 'ਤੇ ਸੰਗਤ ਨੂੰ ਕਿਤੇ ਬੇਨਤੀ ਕਰ ਸਕਦੇ, ਨਾ ਇੱਥੇ ਲੋਕ ਕਰ ਸਕਦੇ ਹਾਂ। ਹਰਿਮੰਦਰ ਸਾਹਿਬ ਦੀ ਮਾਨ ਮਰਿਆਦਾ ਉਹਨਾਂ ਹਾਲਾਤਾਂ 'ਚ, ਅਬਦਾਲੀ ਵੇਲੇ ਜਦੋਂ ਹਮਲੇ ਬੜੇ ਵੱਡੇ ਮਾਰੂ ਹਮਲੇ ਹੁੰਦੇ ਆ, ਈਵਨ ਦੈਨ ਆਪਰੇਸ਼ਨ ਬਲਿਊ ਸਟਾਰ ਦੇ ਦੌਰਾਨ ਵੀ ਜਿਹੜੀ ਹਰਿਮੰਦਰ ਸਾਹਿਬ ਮਾਨ ਮਰਿਆਦਾ ਪ੍ਰਾਪਰ ਹਰ ਦਿਨ ਨੇਤਾ ਪ੍ਰਤੀ ਚੱਲੀ ਹੈ। ਇਹ ਸ਼ਰਧਾਲੂ 'ਚ ਟੈਰਿਟੀ ਇੰਨਾ ਕ੍ਰੀਏਟ ਕਰ ਦਿੱਤਾ ਗਿਆ, ਮੀਡੀਆ ਦੇ ਰਾਹੀਂ ਪੈਨਿਕ ਇੰਨਾ ਕਰ ਦਿੱਤਾ ਗਿਆ ਮਾਹੌਲ ਨੂੰ ਕਿ ਸੰਗਤ ਵੈਸੇ ਘੱਟ ਗਈ ਹੈ। ਪਹਿਲਾਂ ਨਾਲੋਂ 5% ਮੇਰੇ ਸੰਗਤ ਰਹਿ ਗਈ ਹੈ, ਹੋਰ ਆਉਣ ਵਾਲੇ ਸਮੇਂ 'ਚ ਮੇ ਵੀ ਹੋਰ ਵੀ ਘੱਟ ਜਾਵੇ, ਘਟਣ ਦੇ ਚਾਂਸ ਨੇ। ਇਸ ਕਰਕੇ ਮੈਂ ਇਹ ਬੇਨਤੀ ਕਰਨ ਲੱਗਾ ਕਿ ਸਾਨੂੰ ਅੱਜ ਦੇ ਹਾਲਾਤ ਈਵਨ ਹੈ, ਹਰਿਮੰਦਰ ਮੈਂ ਤਾਂ ਦੱਸਦਾ ਵੀ ਕਿਸੇ ਵੀ ਚੁਣੌਤੀ ਦਾ ਆਹੀ ਹਰ ਮੁਸੀਬਤ ਸਮੇਂ ਖਿੜੇ ਮੱਥੇ ਉਹਨੂੰ ਪ੍ਰਵਾਨ ਕੀਤਾ ਔਰ ਉਸ ਚੈਲੇਂਜ 'ਚੋਂ ਲੰਘੇ ਹਾਂ। ਕਰੋਨਾ ਵਰਗੀ ਬਹੁਤ ਵੱਡਾ ਆਫਤ ਨਹੀਂ ਆ ਗਈ, ਇਹ ਕੋਈ ਐਡਾ ਵੱਡਾ ਨਹੀਂ ਗਾ ਵੀ ਸ਼ਾਇਦ ਪਤਾ ਨਹੀਂ ਕੀ ਹੋ ਜਾਣਾ। ਗੁਰੂ ਸਮਰੱਥ ਗੁਰੂ ਰਾਮਦਾਸ ਸਮਰੱਥ ਨੇ, ਸਭ ਤੋਂ ਵੱਧ ਸਮਰੱਥ ਗੁਰਦੇਵ, ਸੰਗਤ ਇੱਥੇ ਆਪਣੇ ਦੁੱਖਾਂ ਦੀ ਨਿਵਿਰਤੀ ਵਾਸਤੇ ਅਰਦਾਸ ਕਰਨ ਵਾਸਤੇ ਆਉਂਦੀ ਹੈ, ਅਤੇ ਜੇ ਇਹੋ ਜਿਹੇ ਸਥਾਨ ਬੰਦ ਕਰ ਦਿਓਗੇ ਤਾਂ ਲੋਕਾਂ ਨੂੰ ਧਰਮ ਨਾਲ ਤੋੜਨ ਵਾਲੀ ਹੈ। ਧਰਮ ਇੱਕ ਉਹ ਆਸਥਾ ਹੈ, ਉਹ ਥਾਂ ਆ, ਉਹ ਕੇਂਦਰ ਆ ਜਿੱਥੇ ਲੋਕਾਂ ਨੂੰ ਬਲ ਮਿਲਦਾ, ਲੋਕਾਂ ਦਾ ਜਿਹੜਾ ਮੋਰਲ ਸਪੋਰਟ ਮਿਲਦੀ ਬੜੀ ਵੱਡੀ। ਇਹੋ ਜਿਹੀਆਂ ਮਹਾਂਮਾਰੀਆਂ ਨੂੰ, ਇਹੋ ਜਿਹੀਆਂ ਬਿਪਤਾ ਨੂੰ ਕੇਵਲ ਪ੍ਰਕਾਸ਼ਨ ਹੀ ਉਹਨੂੰ ਅਵੇਅਰ ਨਹੀਂ ਕਰਦੇ, ਬਲਕਿ ਉਹਨੂੰ ਵਿਲ ਪਾਵਰ ਉਹਦੀ ਮਜ਼ਬੂਤ ਹੋਣੀ ਚਾਹੀਦੀ ਆ, ਉਹਦਾ ਬੋਡੀ ਦਾ ਇਮਿਊਨ ਸਿਸਟਮ ਐਡਾ ਸਟਰੋਂਗ ਹੋਣਾ ਚਾਹੀਦਾ ਕਿ ਉਹਨੂੰ ਕਿਸੇ ਕਿਸਮ ਦਾ ਡਰ ਹੀ ਨਾ ਹੋਵੇ। ਵਿਲ ਪਾਵਰ ਜਿਹੜੀ ਹੈ ਉਹ ਜਿਹੜੀ ਮਜ਼ਬੂਤ ਹੁੰਦੀ ਹੈ ਇਹਨਾਂ ਸਥਾਨਾਂ ਦੇ ਉੱਤੇ ਆ ਕੇ, ਧਾਰਮਿਕ ਸਥਾਨਾਂ ਨੂੰ ਬਿਲਕੁਲ ਲੋਕਾਂ ਨੂੰ ਇਸ ਪਰੋਂ ਨਹੀਂ ਤੋੜਨਾ ਚਾਹੀਦਾ ਔਰ ਉਹਨਾਂ ਦੀ ਆਸਥਾ ਬਿਲਕੁਲ ਕਾਇਮ ਰਹਿਣੀ ਚਾਹੀਦੀ, ਤਾਂ ਕਿ ਇੱਥੋਂ ਆ ਕੇ ਨਮਸਕਾਰ ਕਰਨ, ਇਸ ਸ਼ਰਧਾ ਮੁਤਾਬਕ ਆਪਣਾ ਹਾਜ਼ਰੀ ਭਰਨ ਅਤੇ ਉਹਦੇ 'ਚੋਂ ਜੋ ਵਿਲ ਪਾਵਰ ਜੋ ਮਾਨਸਿਕਤਾ ਮੌਜੂਦਗੀ ਮਿਲਦੀ ਉਹ ਲੈਣ। ਔਰ ਉਸ ਤੋਂ ਇਲਾਵਾ ਵੇਖੋ, ਤੁਸੀਂ ਮੀਡੀਆ ਸੁਣਿਆ, ਪ੍ਰਧਾਨ ਸਾਹਿਬ ਨੇ ਕੱਲ੍ਹ ਦੀ ਜੇ ਨਿਊਜ਼ ਦਿੱਤੀ ਆ, ਮੀਡੀਆ 'ਚ ਆ ਵੀ ਗਈ ਹੈ ਕਿ ਸਾਡੇ ਜਿੰਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧਿਐਨ ਚੱਲ ਰਹੇ ਅਸਥਾਨ ਨੇ ਗੁਰਦੁਆਰਾ ਸਾਹਿਬ ਵੱਡੇ ਨੇ, ਉਹਨਾਂ ਸਾਰਿਆਂ 'ਚ ਅੱਜ ਇਸ ਕਰੋਨਾ ਵਾਇਰਸ ਦੇ ਜਿਹੜੇ ਮਹਾਂਮਾਰੀ ਦੇ ਨਾਂ ਦੇ ਉੱਤੇ ਬੜੀ ਪ੍ਰਭਾਵ ਆਪਣਾ ਛੱਡ ਰਹੀ ਹੈ, ਮੰਨਿਆ ਜਾ ਰਿਹਾ, ਉਹਦੇ ਤੋਂ ਨਿਜਾਤ ਦਿਵਾਉਣ ਉਹਦੇ ਸਮੁੱਚੀ ਮਾਨਵਤਾ ਨੂੰ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤੇ ਅਰਦਾਸ ਕਰਕੇ, ਔਰ 19 ਤਰੀਕ ਨੂੰ ਗੁਰੂ ਸਾਹਿਬ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ, ਬਕਾਇਦਾ ਅਰਦਾਸ ਹੋ ਗਈ। ਅੱਜ ਵੀ ਅਰਦਾਸ ਇਹੀ ਕੀਤੀ ਹੈ ਸਰਬੱਤ ਦੇ ਭਲੇ ਦੀ, ਕਰੋਨਾ ਵਰਗੇ ਮਾਰੂ ਪ੍ਰਭਾਵਾਂ ਤੋਂ ਸਮੁੱਚੇ ਸਮਾਜ ਨੂੰ ਮਾਨਵਤਾ ਨੂੰ ਨਿਜਾਤ ਦਿਵਾਉਣ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਹੈ। ਗੁਰੂ ਸਾਹਿਬ ਇਸ ਤਰ੍ਹਾਂ ਦਾ ਮੌਕਾ ਹੀ ਨਾ ਦੇਣ ਕਿ ਆਉਣ ਵਾਲੇ ਸਮੇਂ 'ਚ ਕੋਈ ਇੱਦਾਂ ਦੇ ਕੋਈ ਹਾਲਾਤ ਪੈਦਾ ਹੋਣ। ਹਾਂਜੀ, ਮੁਲਾਜ਼ਮਾਂ ਦੇ ਹੁਣ ਬਕਾ ਡਿਟੇਲ ਬਣ ਕੇ ਸਰਦਾਰ ਸੁਖਦੇਵ ਸਿੰਘ ਭੂਰਾ ਜਿਹਨਾਂ ਕੋਲ ਪ੍ਰਬੰਧ ਆ ਸਾਰਾ, ਉਹਨਾਂ ਡਿਊਟੀ ਲਾ ਦਿੱਤੀ ਗਈ ਹੈ, ਤਾਂ ਕਿ ਲੋੜ ਮੁਤਾਬਕ ਜਿੱਥੇ ਆਲਰੇਡੀ ਹੈਗੇ ਠੀਕ ਆ, ਹੋਰ ਜਿੰਨੀ ਲੋੜ ਆ ਉਹਨੂੰ ਪ੍ਰੋਵਾਈਡ ਕੀਤੇ ਜਾਣਗੇ, ਡਿਊਟੀਆਂ ਲਾਈਆਂ ਜਾਣਗੀਆਂ। ਉਹਦੇ ਵਾਸਤੇ ਕੋਈ ਹੈ ਪ੍ਰਬੰਧ? ਅੱਜ ਤੱਕ ਸਾਧੂ ਗੁਰੂ ਦੀ ਬੜੀ ਵੱਡੀ ਕਿਰਪਾ ਹੈ ਕਿ ਇਸ ਤਰ੍ਹਾਂ ਦੇ ਕੋਈ ਲੱਛਣ ਵਾਲਾ ਕੋਈ ਇੱਦਾਂ ਵਿਅਕਤੀ ਹੈ, ਜਿਸ ਤੱਕ ਨੋਟਿਸ ਐਡਮਿਨਿਸਟ੍ਰੇਸ਼ਨ ਦੇ ਨੋਟਿਸ ਵੀ ਨਹੀਂ ਆਇਆ, ਸਵਾਏ ਇਹ ਰਿਪੋਰਟ ਤੋਂ ਇੱਕ ਤੋਂ ਜਿਹੜੀਆਂ ਇੱਦਾਂ ਤੋਂ ਇੰਸੀਡੈਂਟ ਨੇ, ਉਹਨਾਂ ਨੂੰ ਬਕਾ ਦੋ ਅੰਡਰ ਟ੍ਰੀਟਮੈਂਟ ਨਹੀਂ ਚੱਲ ਰਹੇ। ਜਨਰਲੀ ਕੋਈ ਇਸ ਤਰ੍ਹਾਂ ਦਾ ਕੋਈ ਸਿਮਟਮ ਵਾਲਾ ਕੋਈ ਨਹੀਂ ਆਇਆ, ਸਪੋਜ ਆਉਂਦਾ ਤਾਂ ਉਹਦਾ ਗੁਰੂ ਰਾਮਦਾਸ ਹਸਪਤਾਲ ਬੜਾ ਵੱਡਾ ਪ੍ਰਬੰਧ ਕਰ ਦਿੱਤਾ ਗਿਆ, ਇੱਕ ਆਈਸੋਲੇਟ ਜਿਹੜਾ ਆਈਸੋਲੇਸ਼ਨ ਵਾਲਾ ਕੰਸਰਨ ਇੱਕ ਵਾਰਡ ਪ੍ਰੋਪਰ ਤਿਆਰ ਕਰ ਦਿੱਤਾ ਗਿਆ, ਉੱਥੇ ਹਰ ਤਰ੍ਹਾਂ ਗੁਰੂ ਰਾਮਦਾਸ ਹਸਪਤਾਲ ਵਿਖੇ ਹਰ ਤਰ੍ਹਾਂ ਦੀ ਐਮਰਜੈਂਸੀ ਨੂੰ ਟੈਕਲ ਕਰਨ ਵਾਸਤੇ, ਉਹਨੂੰ ਫੇਸ ਕਰਨ ਵਾਸਤੇ
ਟੋਟਲ ਜਿੰਨੇ ਲੋੜੀਂਦੇ ਪ੍ਰਬੰਧ ਨੇ ਵਾਰਡ ਵਿੱਚ। ਉਹਨਾਂ ਕਿਹਾ ਕਿ ਕੋਰੋਨਾ ਬਾਰੇ ਮੀਡੀਆ ਦੇ ਪ੍ਰਚਾਰ ਕਰਕੇ ਸੰਗਤ ਦੀ ਗਿਣਤੀ ਕਾਫੀ ਘੱਟ ਚੁੱਕੀ ਹੈ। ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਉਹ ਹਰ ਤਰ੍ਹਾਂ ਦੇ ਐਮਰਜੈਂਸੀ ਦੇ ਹਾਲਾਤਾਂ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਹਸਪਤਾਲ ਵਿੱਚ ਇਸ ਸੰਬੰਧੀ ਉਚੇਚੇ ਪ੍ਰਬੰਧ ਵੀ ਕੀਤੇ ਗਏ ਹਨ।